25 ਮਹੀਆਂ ਦੀ ਰਕਮ ਬਣਾ ਕਰੋੜ ਦੇ ਨੇੜੇ ਰਕਮ ਬਣ ਗਈ ਆਪਦੀ ਕਰੋੜ ਦੇ ਇੱਕ ਨਹੀਂ ਆ ਜਾ ਬਈ ਆਪਣੀ ਕੋਈ ਵੀ ਨਹੀਂ 5 ਤੋਂ ਘੱਟ ਝੋਟੀ ਆ ਅੱਛਾ ਇਹਨੇ ਆਪਾਂ ਬੜਿਆ ਗਿਆ ਜਿਹੜੀਆਂ ਤੁਹਾਡੇ ਕੋਲ 4.5 ਲੱਖ ਰੁਪਏ ਦਾ ਮਾਲੀ ਦਾ ਲੱਗਾ ਹੈ ਠੀਕ ਪਰ ਆਪਾਂ ਦਿੱਤਾ ਨਹੀਂ ਬਾਈ ਜੀ ਇਹਦਾ ਤੁਸੀਂ ਆ ਜਾ ਬਾਈ ਨਾ ਉਹ ਸਾਰੇ ਬਾਈ ਤੇ ਬਾਈ ਗੁਰਦੀਪ ਤੁਸੀਂ ਗੱਲ ਕਰੋਗੇ ਤੇ ਕਿਉਂ ਬਾਈ ਜਥੇਦਾਰ ਸਾਹਿਬ ਹੀ ਕਰਨਗੇ ਬਣਾਉਣੇ ਆ ਬਾਈ ਹਨਾ ਤੇ ਬਿਲਕੁਲ ਜਥੇਦਾਰ ਸਾਹਿਬ ਨਾਲ ਤਾਂ ਗੱਲ ਕਰ ਲਈ ਬਾਈ ਕਿਵੇਂ ਆ ਫੁਲਕਾਰੀਆਂ ਜੀ ਕਿਵੇਂ ਪਾਈਆਂ ਭਿਆਣੇ ਮੱਝਾਂ ਦੇ ਮੈਨੂੰ ਇਹਦੀ ਸਮਝ ਨਹੀਂ ਆਈ ਬਾਈ ਮਈਆਂ ਹੀ ਬਾਲੀਆਂ ਚੰਗੀਆਂ ਏਰੀਆ ਦੀਆਂ ਭਰਾ ਜਾ ਰਹੇ ਸਾਰੀਆਂ ਮਈਆਂ ਹੀ ਚੰਗੀਆਂ ਨੇ ਫੇਰ ਅਗਲਾ ਕਹਿੰਦਾ ਤੁਸੀਂ ਕਹਿੰਦੇ ਹੋ ਆਪਣੀ ਝੰਡੀ ਅੱਜ ਵੀ ਮਈਆਂ ਦੀ ਅੰਬਰਸਰ ਮੇਲੇ ਤੇ ਸਾਰੀਆਂ ਮਈਆਂ ਦੀ ਝੰਡੀ ਆ ਦੁੱਧ ਚੋ ਕੇ ਦੁੱਧ ਮਈਆਂ ਵੇਚ ਰਹੇ ਆ ਆਪਾਂ ਗੱਲ ਦੇ ਆ ਮੈਂ ਤੇ ਬਾਈ ਦੀ ਬਾਈ 2 ਕਿਲੋ ਦੀ ਆ ਪਹਿਲਣਾ ਝੋਟੀਆਂ ਨੇ ਅੱਛਾ ਮੀਨੀ ਝੋਟੀ ਚੌਕੀ ਆ ਤੇ ਅਗਲਾ ਕਹਿੰਦਾ ਝੂਠ ਮਾਰਦਾ ਦੇ ਦੇਖੋ ਦੋਸਤੋ 18 ਤਰ੍ਹਾਂ ਚੋਰ ਚਾਰ ਦੰਦ ਲੈ ਚੋਰ ਚਾਰ ਦੰਦ ਤੇ ਮੀਨੀ ਆ ਦੇਖ ਲਓ ਬਾਈ ऐसे मइयां दे थान लेवे ने सिंह कली कली मैं लाई चल देखो कली कली मैं देख ला कोई भी तू ऐ कहनी भी करदी तेरी मैं बई चार दंद दूजे सूए झोटी आ यार अगला पाल के दिखा भी ना फिर मनांगे हां देख ला आ झोटी दा कोई लेखा ही नहीं ला बिल्कुल बिल्कुल भाई बिल्कुल बिल्कुल भाई यार प्योर दूध आ इनका रेट आईडिया किथों किथों स्टार्ट हो जांदा है ਬਈ ਆਪਣੀ ਕੋਈ ਵੀ ਨਹੀਂ 5 ਤੋਂ ਘੱਟ ਝੋਟੀ ਹੈ ਅੱਛਾ ਐਵੇਂ ਆਪਾਂ ਬੁੜਿਆ ਜਿਹੜੀਆਂ ਤੁਹਾਡੇ ਕੋਲ ਕੋਈ 5 ਤੋਂ ਘੱਟ ਨਹੀਂ ਪੰਜਾਂ ਦਾ ਸੌਦਾ ਚੱਲਦਾ ਸੀ 5-4 ਮਹੀਨੇ ਦਾ 5 ਤੋਂ ਅੱਗੋਂ ਬੋਲ ਦੋ ਬਈ ਤੂੰ ਆਪ ਦੇਖ ਲੈ ਕਿਹੜੀ ਮਾੜੀ ਹੈ ਇਹਨਾਂ ਚ ਤੂੰ ਐ ਦੇਖ ਯਾਰ ਬਈ ਇੱਕ ਇਕੱਠੀ ਇੱਕ ਲੈ ਲੂ ਦੋ ਲੈ ਲੂ ਪਰ 25 ਇੱਕੋ ਜਿਹਾਂ ਲੈ ਦੇ 25 ਦੀਆਂ 25 ਦੇ ਕੈਮਰਾ ਮਾਰ ਬੋਲ ਦੋ ਆਪਣੇ ਪੰਜਾਬੀ ਸਮਝ ਦੇਣਗੇ 5 ਪੂਰਾ ਬੋਲ ਦੋ 5 ਲੱਖ ਕੇ ਹੱਕ 5 ਲੱਖ ਬਈ ਯਾਰ ਨਰੋਲ ਸੌਦਾ ਹੋ ਰਿਹਾ ਹੈ ਇਧਰ ਪ੍ਰਧਾਨ ਸਾਹਿਬ ਨਾਲ ਤੁਸੀਂ ਦੇਖ ਲਿਓ ਆ ਕੱਟੀ ਦਾ ਸੌਦਾ ਚੱਲਦਾ ਆ ਦੋਸਤੋ 5-5 ਲੱਖ ਦੇ ਮੱਝਾਂ ਆ ਪਹਿਲਾਂ ਝੋਟੀ ਆ ਬਈ ਯਾਰ ਲੈ ਤੇ ਆ ਮੱਝਾਂ ਨਾਲ ਸਮਝ ਲਿਓ ਦੇਖੋ ਆ ਯਾਰ ਕੱਟੀ ਖੀਰੀ ਕੱਟੀ ਆ ਇਧਰ ਨੂੰ ਮੋੜੀ ਭਾਵੋ ਦੇਖ ਲਓ ਆਪਾਂ ਦੰਦ ਕੱਟ ਕੇ ਦਿਖਾ ਰਹੇ ਆ ਬਿਲਕੁਲ ਬਾਈ ਇਹ ਬਾਈ ਇਹਦੀ ਉਮਰ ਕਿੰਨੀ ਹੈ ਬਾਈ ਖੀਰੀ ਆ ਯਾਰ ਕੱਟੀ ਇਹ ਅੱਛਾ ਅੱਗੇ ਵੀ ਦੰਦ ਪੱਟ ਕੇ ਰਹੇ ਵੀ ਪੱਟ ਲੈ ਆ ਬਾਈ ਇਹਦਾ ਦੇਵਾ ਜੀ ਆ ਕੇ ਬਾਈ ਆ ਪਿਓਰ ਨੀਲੀ ਰਾਵੀ ਆ ਯਾਰ ਵੱਡੇ ਭਾਈ ਬਾਈ ਇਹਦਾ ਕੀ ਰੇਟ ਹੋਊਗਾ ਆਈਡੀਆ ਆਈਡੀਆ ਦੱਸ ਦੋ ਮੋਟਾ ਨਹੀਂ ਤਾਂ ਲੋਕ ਤੁਹਾਨੂੰ ਫੋਨ ਕਰਕੇ ਪਰੇਸ਼ਾਨ ਕਰਨਗੇ ਭਰਾ 25 ਦੀਆਂ ਕਹਿਤਾ ਸੌਦਾ ਚੱਲੀ ਜਾਂਦਾ 5 ਮਹੀਆਂ ਦਾ ਬਿੰਦ ਘੱਟੀ ਆ ਪਿਓਰ ਨੀਲੀ ਰਾਵੀ ਆ ਤੂੰ ਉਹ ਦੇਖ ਬਾਈ ਯਾਰ ਮੈਂ ਤਾਂ ਲੇਵੇ ਦੇਖ ਲਾ ਯਾਰ 25 ਲੱਖ ਦੀਆਂ ਮੱਝਾਂ ਕੋਣੇ ਆ ਛਿੰਗ ਤੋਂ ਫਲ ਦੇਵੇ ਤੋਂ ਘਾਟ ਕੱਢ ਦਿਓ ਆਪਾਂ ਦੇਣਦਾਰ ਆ ਬਿਲਕੁਲ ਬਾਈ ਬਿਲਕੁਲ ਕਿਸੇ ਮੈਂ ਨਹੀਂ ਕਰਦਾ ਕਿਤੇ ਉਹ ਗੱਲ ਨਾ ਹੋ ਜੇ ਜਿਵੇਂ ਆਪਣੇ ਵੱਡੇ ਭਾਈ ਵਾਲੇ ਵੇਲੇ ਹੋਈ ਸੀ ਬੰਦਾ ਕੋਈ ਤੈਨੂੰ ਕਹੇ ਵੀ ਅਸੀਂ ਝੋਕੇ ਲੈ ਕੇ ਜਾਵਾਂਗੇ ਉਹ ਕਰਾਂਗੇ ਬਾਈ ਇੱਥੇ ਵੀ ਕੱਲ ਦੇ ਚਵਾਰ ਰਹੇ ਆ ਸਾਰਾ ਅੰਬਰਸਰ ਏਰੀਆ ਗਵਾ ਕੱਲ ਦੇ ਚਵਾਈਆਂ ਕਰਵਾ ਰਹੇ ਆ ਮਈਆਂ ਦੀ ਹੁਣ ਫੇਰ ਚਵਾਈ ਲੱਗੂ ਸਵੇਰ ਆ ਜੀ ਸ਼ਾਮ ਨੂੰ ਫੇਰ ਆ ਜੀ ਮਹਾ ਕਿਤੇ ਉਹ ਗੱਲ ਹੋ ਜੇ ਜਿਵੇਂ ਉਹ ਘੌਲੇ ਤਾਂ ਇਹ ਕਿਹਾ ਸੀ ਬਾਈ ਇੱਕ ਮਿੰਟ ਸੁਖੀ ਤੈਨੂੰ ਦਾ ਪਤਾ ਅਗਲਾ ਇੱਕ ਲੈ ਲੂ 25 ਮਈਆਂ ਦੀ ਰਕਮ ਬਣਾ ਕਰੋੜ ਦੇ ਨੇੜੇ ਰਕਮ ਬਣ ਗਈ ਆਪਦੀ ਕਰੋੜ ਦੇ ਤੂੰ ਇੱਕ ਨਹੀਂ ਆ ਜਾ ਉੱਥੇ ਵੀ ਚੱਲਦੇ ਆ ਕੱਲੀ ਕੱਲੀ ਮੈਂ ਟੋਪ ਟੋਪ ਖੜੀ ਆ ਕਰਕੇ ਪੁੱਛਿਆ ਕਿਉਂ ਜਦੋਂ ਨਾ ਬਾਈ ਅਸੀਂ ਤੇਰੀ ਵੀਡੀਓ ਪਾਈ ਹੁੰਦੀ ਆ ਸਾਨੂੰ ਲੋਕ ਕਹਿੰਦੇ ਨੇ ਯਾਰ ਕਹਿੰਦੇ ਤੁਸੀਂ ਉਹੀ ਉਹਦੇ ਗੱਲ ਉਹ ਕਰੀ ਜਾਂਦੇ ਹੋ ਐਡੀ ਗੱਲ ਨਹੀਂ ਹੁੰਦੀ ਵੀ ਜਿੰਨੀ ਉਹ ਦੱਸੀ ਜਾਂਦੇ ਆਗੇ ਕਿਉਂ ਪਤਾ ਨਹੀਂ ਤਾਂ ਉਹ ਬੰਦੇ ਤੇਰੇ ਤੇ ਲੱਗਦੇ ਹੀ ਵਾਲੇ ਆ ਬਾਈ ਬਾਈ ਯਾਰ ਕਿਹੜੀ ਮਾੜੀ ਆ ਅਗਲਾ ਲੱਗਣ ਵਾਲਾ ਤਾਂ ਸਭ ਕੁਝ ਕਹਿੰਦਾ ਹੈਗਾ ਆ ਇੱਕ ਮਿੰਟ ਆ ਝੋਟੀ ਹੁਣ ਉਧਰੋਂ ਤਾਂ ਨਹੀਂ ਆਈ ਆ ਝੋਟੀ ਉਧਰੋਂ ਆਈ ਆ ਇਹਦੇ ਚ ਕੀ ਘਾਟ ਆ ਬਿਲਕੁਲ ਬਾਈ 25 ਮੱਝਾਂ ਕਰੋੜ ਰੁਪਏ ਦਾ ਸੌਦਾ 25 ਮੱਝਾਂ ਬਾਈ ਕਹਿੰਦਾ ਕਰੋੜ ਰੁਪਏ ਦੀ ਕੀਮਤ ਬਣਦੀ ਆ ਜੀ ਦੇਖੀਏ ਜੇ ਲਾ ਕੇ ਲੈ ਕੇ ਆਇਆ ਬਾਈ ਯਾਰ ਪਿਓਰ ਬੂਰੀ ਯਾਰ ਫਲਕਾਰੀਆਂ ਉਹੀ ਨਹੀਂ ਪਾਈਆਂ ਗੁਰਦੀਪ ਟਪਾਲੀ ਵਾਲ ਨੇ ਭਰਾਵੋ ਛੱਕਾ ਚੱਲਦਾ ਵੀ ਖੋਟਾ ਜੱਟ ਦਾ ਇੱਧਰ ਦੇਖੋ ਦੋਸਤੋ ਬਾਈ 25 ਮੱਝਾਂ 5-5 ਲੱਖ ਦੀਆਂ ਮੱਝਾਂ ਕਿਹੜੀ ਮਰਜ਼ੀ ਮੱਝ ਤੇ ਹੱਥ ਲਾ ਲਓ ਕਹਿੰਦੇ ਕਿਹੜੀ ਮਰਜ਼ੀ ਹਾਂ ਮੈਂ ਚੋਤੀ ਇਹਦਾ ਸੌਦਾ ਹੋ ਗਿਆ ਅਸੇ ਚੋਤੀ ਹਾਂ ਸੌਦਾ ਹੋ ਗਿਆ ਇਹਦਾ ਕੀ ਰੇਟ ਹੋਇਆ ਬਾਈ ਸੌਦਾ ਦੱਸੋਗੇ ਮਾੜਾ ਜਾ ਨਹੀਂ ਇਹ ਬਾਈ ਯਾਰ ਕਾਨੂੰ ਆ 2 ਮਹੀਨਿਆਂ ਦੇ ਹੋਏ ਨੇ ਉਹ ਨਾ ਕਰੀਏ ਹਾਂ ਵਾਹ ਜੀ ਵਾਹ ਬੰਦ ਬੰਦ ਜਿਹੜਾ ਖੁਸ਼ ਹੋ ਗਿਆ ਬਾਈ ਤੇਰੀਆਂ ਨਹੀਂ ਬਾਈ ਅਗਲਾ ਕਹਿੰਦਾ ਇੱਕ ਆ ਸਾਰੀਆਂ ਮਈਆਂ ਦੇਖੀ ਤੁਰਿਆ ਜੀ ਆ ਦੂਜੀ ਬੁਰੀ ਆ ਗਈ ਬਾਈ ਬਾਈ ਜੀ ਇੱਕ ਥੋੜੀ ਸਫਾਈ ਦੇਖੋ ਨਹੀਂ ਤਾਂ ਬਾਹਰ ਆ ਕੇ ਇੰਨੀ ਸਫਾਈ ਨਹੀਂ ਹੁੰਦੀ ਥੱਲੇ ਦੇਖੋ ਮੈਂ ਕਹਿੰਦਾ ਬਾਈ ਤੂੰ ਕੋਲ ਲਾ ਉੱਤੇ ਦੇਖ ਕਿਵੇਂ ਤਰੌਤੀ ਆਉਂਦੀ ਆ ਤੇਲ ਦੀ ਨਾ ਥੱਲੋਂ ਦੇਖ ਬਾਈ ਬਾਈ ਕਿੰਨੀਆਂ ਰਹਿ ਗਈਆਂ ਬਾਈ ਸਾਰੀਆਂ ਹੀ ਬਾਲੀਆਂ ਚੰਗੀਆਂ ਨੇ ਯਾਰ ਚਾਰ ਸਪੇਰੇ ਹੀ ਮਈਆਂ ਆ ਗਈ ਕੀ ਲਾਈ ਕਿਹਨੂੰ ਨਿੰਦੀ ਆ ਯਾਰ ਕੋਈ ਇੱਕ ਤੇ ਨਹੀਂ ਯਾਰ ਮੇਰੀ ਗੱਲ ਸੁਣ ਲਾ ਅਗਲਾ ਕਹਿੰਦਾ ਕੋਈ ਚਾਰ ਸਪੇਰੇ ਸਾਰਾ ਮੰਡੀ ਦਾ ਇੱਥੇ ਬਾਜ਼ਾਰ ਇਕੱਠਾ ਹੋਇਆ ਪਿਆ ਦੋਸਤੋ ਐਵੇਂ ਦੀਆਂ ਮੱਝਾਂ ਮੈਂ ਤਾਂ ਅਜੇ ਤੱਕ ਸੁੱਖੀ ਨਹੀਂ ਦੇਖੀਆਂ ਕਦੀ ਵੀ ਬਾਈ ਜੀਰਾ ਵੀ ਦੇ ਵਿੱਚ ਬਾਈ ਇੱਕ ਸਾਣ ਦਿਖਾਉਣੇ ਆ ਨੀਲੀ ਰਾਵੀ ਦੇ ਵਿੱਚ ਬਾਈ ਸਾਣ ਦਿਖਾਉਣੇ ਆ ਜਿਹੜਾ ਕਹਿ ਦਈਏ ਵੀ ਨੀਲੀ ਰਾਵੀ ਦੇ ਵਿੱਚ ਟੌਪ ਤੇ ਆ ਤੇ ਆਪਣੇ ਨਾਲ ਬਾਈ ਦਲਸ਼ੇਰ ਸਰਪੰਚ ਖੜਾ ਹੋਰ ਬਾਈ ਠੀਕ ਹੋ ਚੜ੍ਹਦੀ ਕਲਾ ਬਾਈ ਹਾਂਜੀ ਚੜ੍ਹਦੀ ਕਲਾ ਬਾਈ ਜੀ ਤੇ ਬਾਈ ਇਹਦੇ ਬਾਰੇ ਜਾਣਕਾਰੀ ਦਿਓ ਮੈਂ ਸੁਣਿਆ ਬੜਾ ਮਸ਼ਹੂਰ ਆ ਬਾਈ ਇਹ ਹਾਂਜੀ ਬਾਈ ਜੀ ਇਹ ਇੱਕ ਬਾਰਡਰ ਬੈਲਟ ਜਿਹੜੀ ਸਾਡੀ ਮਾਝਾ ਸਾਈਡ ਦੀ ਨੀਲੀ ਰਾਵੀ ਆ ਹਾਂਜੀ ਉਹਦੇ ਵਿੱਚ ਮਤਲਬ ਪਿਓਰਟੀ ਦੇ ਪੱਖ ਤੋਂ ਜਿਹੜਾ
ਤੇ ਮਿਲਕ ਦਾ ਸਮੇਲ ਜਿਹੜਾ ਦੋਵੇਂ ਚੀਜ਼ਾਂ ਤੇ ਬਿਊਟੀ ਹਾਂਜੀ ਉਹਦੇ ਵਿੱਚ ਇਸ ਵਕਤ ਪੂਰੇ ਟੌਪ ਤੇ ਬੋਲਿਆ ਜਾ ਰਿਹਾ ਇਹਦੀ ਜਿਹੜੀ ਮਾਂ ਵਾ ਹਾਂਜੀ ਮਾਂ ਜਿਹੜਾ ਸੰਸਲੀ ਵਾਲ ਕੋਲ ਜੱਟ ਝੋਟਾ ਨਹੀਂ ਇਸ ਵਕਤ ਹਾਂ 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 ਜਿਹੜੇ ਫਾਰਮ ਤੇ ਮਤਲਬ ਉਹ ਗਿਆ ਵਾ ਤੂਰ ਫਾਰਮ ਤੋਂ ਵੇਖ ਕੇ ਸਰਦਾਰ ਗੁਰਮੀਤ ਸਿੰਘ ਤੂਰ ਦੇ ਫਾਰਮ ਹਾਂਜੀ ਉੱਥੇ ਇਹਦੀ ਮਾਂ ਤੇ ਭੈਣ ਠੀਕ ਹੈ ਜਿਹੜੀ 15ਵੇਂ ਸੂਏ ਵੀ ਇਸ ਵਕਤ ਕਨਲ ਦਾ 17-18 ਕਿਲੋ ਦੁੱਧ ਕੱਢਣ ਦੀ ਪੂਰਾ ਦਬਾਡਾ ਚੰਗੀ ਵੱਡੀ ਬਾਡੀ ਦੀਆਂ ਜਿਹੜੀਆਂ ਆਪਣੇ ਮਤਲਬ ਬਰਕਰਾਰ ਰੱਖਦਾ ਜਿਹੜਾ ਬੇਲ ਦੇ ਵਿੱਚ ਲੈਂਥ ਦੇ ਵਿੱਚ ਕਿਉਂਕਿ ਜਿਹੜਾ ਦੁੱਧ ਆ ਬੇਲ ਲੈਂਥ ਨੇ ਦੇਣਾ ਚੰਗੀ ਬੇਲ ਲੈਂਥ ਹੋਊਗੀ ਤੇ ਉਹਦੇ ਨਾਲ ਦੁੱਧ ਆਉਂਦਾ ਇਹਦੀਆਂ 10 ਕਿਲੋ ਵਾਲੀ ਦੇ ਵਿੱਚੋਂ 12-13 ਕਿਲੋ ਵਾਲੀ ਪਹਿਲਾਂ ਨਹੀਂ ਨਿਕਲਦੀ ਇਹਦੀ ਝੋਟੀ ਇਹਦੀ ਠੀਕ ਹੈ ਬਾਈ ਤੇ ਬਾਰਡਰ ਬੈਲਟ ਦਾ ਪੂਰਾ ਜਿਹਨੂੰ ਕਹਿੰਦੇ ਨਾ ਪਿਓਰਟੀ ਦੇ ਵਿੱਚ ਇਹ ਨਾ ਸਾਨ ਬਾਈ ਬਾਬਿਆਂ ਦੇ ਨਾਰਲੀ ਉੱਥੇ ਨਾ ਬਾਬਾ ਬੁੱਧ ਨਾਥ ਜੀ ਦੀ ਜਗ੍ਹਾ ਵਾ ਉੱਥੇ ਖੀਰ ਪੀ ਲਈ ਇਹਦਾ ਇਲਾਜ ਹੁੰਦਾ ਉੱਥੇ ਚੜਾਵਾ ਚੜਿਆ ਇਹਨੂੰ ਠੱਪਾ ਲੱਗਾ ਤੇ ਬੋਲੀ ਤੇ ਆਪਾਂ ਖਰੀਦਿਆ ਬਾਈ ਮਾਰਕਿੰਗ ਜਿਹੜੀ ਆ ਨਾ ਜੇ ਆਹ ਬਾਲਿਆ ਤੇ ਸਿਰਫ ਇੰਨਾ ਰਵੇ ਇਹਦੇ ਵਿੱਚ ਟੁੱਟ ਕੇ ਨਾ ਆਵੇ ਜੇ ਟੁੱਟ ਕੇ ਮਾਰਕਿੰਗ ਆਉਂਦੀ ਇਹਦਾ ਮਤਲਬ ਇਹਦੇ ਵਿੱਚ ਮੋਹਰਾ ਦਾ ਤੇ ਨੀਲੀ ਰਾਵੀ ਦਾ ਸਮੇਲ ਆ ਉਹ ਨੀਲੀ ਰਾਵੀ ਦਾ ਸਮੇਲ ਜੇ ਉਦੋਂ ਉਹਨੂੰ ਆਪਾਂ ਜਦੋਂ ਫਿਰ ਕੋਈ ਬੁੱਲ ਯੂਜ਼ ਕਰਦੇ ਹਾਂ ਤੇ ਬੱਚੇ ਓਵਰ ਵਾਈਟ ਆ ਜਾਂਦੇ ਆ ਜਾਂ ਕਾਲੇ ਆ ਜਾਂਦੇ ਫਿਰ ਆਪਾਂ ਝੋਟਿਆਂ ਵਾਲਿਆਂ ਨੂੰ ਲਾਮਾ ਦਿੰਦੇ ਵੀ ਤੁਹਾਡੇ ਝੋਟੇ ਦਾ ਰਿਜ਼ਲਟ ਮਾੜਾ ਆ ਪਰ ਉਹ ਆਪਾਂ ਇਹ ਨਹੀਂ ਸੋਚਦੇ ਵੀ ਉਹਦੇ ਵਿੱਚ ਇਹਨਾਂ ਆਪਾਂ ਲਾਈਨ ਹੀ ਕ੍ਰੋਸ ਕੀਤੀ ਆ ਜਿਹੜੀ ਕਨਲ ਦਾ ਨੀਲੀ ਰਾਵੀ ਦੇ ਮੋਹਰਾਂ ਨੂੰ ਮਿਕਸ ਕਰਕੇ ਆ ਠੀਕ ਆ ਕੱਲੀ ਨੀਲੀ ਨੂੰ ਨੀਲੀ ਦੇ ਰਹਿਣ ਦਿੱਤਾ ਜਾਵੇ ਤੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਜਿਹੜੇ ਵੇਖਿਆ ਪਹਿਲਾਂ ਆਪਣੇ ਮੱਝਾਂ ਹੁੰਦੀਆਂ ਇਕੱਲੀਆਂ ਨੀਲੀ ਦੀਆਂ ਪੰਜਾਬ ਦੇ ਵਿੱਚ ਤੇ ਲੋਕ ਬਿਮਾਰ ਵੀ ਨਹੀਂ ਹੁੰਦੇ ਦੁੱਧ ਪੀਂਦੇ ਸੀ ਤੇ ਜਦੋਂ ਦਾ ਮਿਕਸਅਪ ਹੋਣ ਡਿਆ ਪਿਆ ਤੇ ਬਿਮਾਰੀਆਂ ਵੀ ਵੱਧ ਗਈਆਂ ਇਹ ਸੋਚਣ ਵਾਲੀਆਂ ਗੱਲਾਂ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਪੁਆਇੰਟ ਜਿਹੜੇ ਬਚਣ ਵਾਲੇ ਆ ਬਿਲਕੁਲ ਬਿਲਕੁਲ ਹਾਂਜੀ ਤੇ ਇਹਦੇ ਬਾਈ ਸ਼ਮਸ਼ੀਰ ਬਾਈ ਮੈਨੂੰ ਐਂ ਦੱਸੋ ਤੇ ਵੀ ਇਹਦਾ ਜਿਹੜਾ ਰਿਜ਼ਲਟ ਹੈਗਾ ਹਨਾ ਹਾਂਜੀ ਬਾਈ ਜੀ ਉਹ ਆਪਦੇ ਦੀ ਜਾਂਦਾ ਬੱਚਿਆਂ ਦਾ ਜਾਂ ਕਿਵੇਂ ਆ ਬਾਈ ਜਿਵੇਂ ਇਹਦਾ ਆਪਦਾ ਡੀਲ ਡੋਲ ਬਾਈ ਜੀ ਇਹਦਾ ਡੀਲ ਡੋਲ ਸੇਮ ਆਪਣੇ ਤੇ ਮੇਰੀ ਨਾ ਕਾਲੀ ਮੱਝ ਮੈਂ ਮੇਲੇ ਜੀ ਲੈ ਕੇ ਆਇਆ ਮੱਝ ਥੋੜੀ ਗਰਮ ਹੋ ਗਈ ਉਹਦੀ ਕੱਟੀ ਨਾਲ ਇਹਦੀ ਆਈ ਕੱਟੀ ਆਪਣੇ ਘਰ ਪਹਿਲੀ ਕੱਟੀ ਅੱਛਾ ਬਾਈ ਹੂ ਬਹੂ ਇਹਦੀ ਕਾਪੀ ਆ ਜਿਹੜੇ ਸਿੰਘ ਆ ਸਿੰਘ ਚੱਪੇ ਕੁੰਡੇ ਕਰ ਦਿੰਦਾ ਅੱਛਾ ਬਾਈ ਇਹ ਮੀਨੇ ਆਪਣੇ ਇਹਦੇ ਸਿੰਘ ਆ ਤੇ ਬੱਚਿਆਂ ਦੇ ਚੱਪੇ ਕੁੰਡੇ ਕਰ ਦਿੰਦਾ ਸਿੰਘ ਠੀਕ ਹੈ ਹਾਂਜੀ ਤੇ ਬਾਕੀ ਅੱਜ ਕੱਲ੍ਹ ਦੁੱਧ ਨੂੰ ਵੇਂਦੇ ਸਾਰੇ ਕਨਲ ਦਾ ਜੇ ਹਰ ਇੱਕ ਚੀਜ਼ ਕਹਿੰਦੇ ਹਰ ਕਿਸੇ ਦੇ ਵਿੱਚ ਸਾਰੇ ਗੁਣ ਭਰਪੂਰ ਹੋਣ ਤੇ ਫਿਰ ਉਹ ਮਹਾਰਾਜ ਨੇ ਉੱਥੇ ਉੱਥੇ ਰੱਖਣਾ ਹੁੰਦਾ ਹਰ ਇੱਕ ਚੀਜ਼ ਨੂੰ ਹਨਾ ਤੇ ਇਸ ਕਰਕੇ ਇਹਨੂੰ ਮਤਲਬ ਬਿਊਟੀ ਦੇ ਵਿੱਚ ਵੀ ਬੱਚਿਆਂ ਨੂੰ ਤੇ ਮਾਂ ਵੇਖੋ ਫਿਰ ਇਹ ਇਹੋ ਜਿਹਾ ਝੋਟਾ ਇਹਦੀ ਮਾਂ ਭੈਣਾਂ ਧੀਆਂ ਸਾਰਾ ਕੁਝ ਹੈਗਾ ਕਈ ਬੋਲਣ ਦੇਣਾ ਜਿਨ੍ਹਾਂ ਦਾ ਨਹੀਂ ਹੁੰਦਾ ਇਹਦਾ ਸਾਰਾ ਕੁਝ ਹੈਗਾ ਜਿਹੜਾ ਤੂਰ ਫਾਰਮ ਆ ਉਹਨਾਂ ਨੇ ਬਾਦਲਾਂ ਕੋਲੋਂ ਜਿਹੜੀਆਂ 14 ਜੇ ਇੰਪੋਰਟ ਮੱਝਾਂ ਆਈਆਂ ਸੀ ਉਹਨਾਂ ਦੇ ਵਿੱਚੋਂ ਮੱਝਾਂ ਖਰੀਦੀਆਂ ਉਹਨਾਂ ਨੇ ਬਿਲਕੁਲ ਬਾਈ ਜੀ ਵੇਖੋ ਇੱਕ ਤੇ ਮੁੱਲ ਵੀ ਪੈਣ ਲੱਗ ਜਾਂਦਾ ਤੇ ਇੱਕ ਆਪਣੇ ਘਰ ਦੀ ਜਿਹੜੀ ਇਨਕਮ ਹੈ ਉਹ ਵੱਧ ਜਾਂਦੀ ਆ ਇਹਨਾਂ ਦੁੱਧ ਚੰਗਾ ਦੇਣਾ ਬੋਲੀ ਤੇ ਕਿੰਨੇ ਦਾ ਖਰੀਦਿਆ ਸੀ ਬਾਈ ਇਹ ਆਪਾਂ ਬੋਲੀ ਤੇ ਉਦੋਂ ਉੱਥੇ ਨਾ ਇੱਧਰ ਝਗੜਾ ਆਇਆ ਸੀ ਜਦੋਂ ਕੱਥੂ ਨੰਗਲ ਮਜੀਠੇ ਸਾਈਡ ਉਦੋਂ ਬੋਲੀ ਹੋਈ ਉੱਧਰ ਤੇ ਪਹੁੰਚਿਆ ਕੋਈ ਨਹੀਂ ਆਪਾਂ ਨੂੰ 85 ਦੇ ਘੇਰੇ 'ਚ ਬੋਲੀ ਤੇ ਬਣ ਗਿਆ ਹੈ ਤੇ ਬਾਅਦ ਦੇ ਵਿੱਚ ਆਪਾਂ ਨੂੰ 4.5 ਲੱਖ ਰੁਪਇਆ ਦਾ ਮਾਲੀ ਦਾ ਲੱਗਾ ਹੈ ਪਰ ਆਪਾਂ ਦਿੱਤਾ ਨੀ ਬਾਈ ਜੀ ਇਹਦਾ ਤੁਸੀਂ ਆ ਜਾ ਬਾਈ ਨਵੇਂ ਉਹ ਸਾਰੇ ਬਾਈ ਆ ਜਾਣਗੇ ਵਿੱਚ ਦੇਖ ਭਰਾ ਜਿਹੜੇ ਨੀਲੀ ਰਾਵੀ ਨੂੰ ਪਿਆਰ ਕਰਨ ਵਾਲੇ ਦੇਖੋ ਬਾਈ ਕਿੰਨਾ ਮਿਲਦਾ ਬਾਈ ਇਹ ਫਿਰ ਸਿੰਗਲ ਹੱਡੀ ਦਾ ਵਾ ਦੋਹਰੇ ਖੁੱਡੇ ਦਾ ਵਾ ਮਾਲੀ ਜਿਹੜੀ ਚੀਜ਼ ਸੋਹਣੀ ਲੱਗਦੀ ਆ ਨੀਲੀ ਦੇ ਵਿੱਚ ਪਿਓਰਟੀ ਹੁੰਦੀ ਆ ਫਿਰ ਇਹਦੀ ਹੋਰ ਚਾਹ ਨਿੱਕੀ ਗੋਡੀ ਦਾ ਵਾ ਜਿਹੜੀ ਪਾਕਿਸਤਾਨ ਦੇ ਵਿੱਚ ਕਹਿੰਦੇ ਨਾ ਧੁੰਨੀ ਕੋਲੀ ਕੋਈ ਨਹੀਂ ਐ ਸਾਈਡ ਤੋਂ ਦਿਖਾਓ ਆ ਜਿਹੜੀ ਹੁੰਦੀ ਆ ਨਾ ਕੋਲੀ ਇਹ ਬਿਲਕੁਲ ਝਾਲਰ ਬਰੀਕ ਆ ਠੀਕ ਆ ਜੇ ਇਹੋ ਬਹੂ ਇਹਦਾ ਭਾਰਾ ਹੋਵੇ ਉਹਨੂੰ ਕਹਿੰਦੇ ਇਹਦੀ ਕੌਲੀ ਮੋਟੀ ਆ ਇਹ ਧੁੰਨੀ ਕੌਲੀ ਦਾ ਬਿਲਕੁਲ ਸਾਫ ਮਾਲੀ ਆ ਜਿਹੜਾ ਦੁੱਧ ਲੈਣ ਦੇ ਵਿੱਚ ਚੰਗਾ ਠੀਕ ਹਾਂਜੀ ਤੇ ਹੁਣ ਬਾਈ ਇਹਦੇ ਤੁਸੀਂ ਸੀਮਨ ਵਗੈਰਾ ਪ੍ਰੋਵਾਈਡ ਕਰਦੇ ਹਾਂਜੀ ਹਾਂਜੀ ਬਾਈ ਜੀ ਸੀਮਨ ਇਹਦੇ ਕਨਲ ਦਾ ਬਣੇ ਆ ਮੇਰੇ ਖਿਆਲ ਨਾਲ 60% ਹਿੱਸੇ ਵਿੱਚ ਪੰਜਾਬ ਦੇ ਵਿੱਚ ਸੀਮਣ ਇਹਦੇ ਅਵੇਲੇਬਲ ਹੋ ਗਏ ਆ ਜਿਹੜੇ ਰਿਜ਼ਲਟ ਆਉਣ ਹੀ ਵਾਲੇ ਆ ਤੇ ਜਿਹੜੇ ਬਾਈਆਂ ਨੂੰ ਕਨਲ ਦਾ ਸੀਮਣ ਚਾਹੀਦਾ ਹੁੰਦਾ ਵਾ ਉਹ ਆਪਣੇ ਜਿਹੜੇ AI ਡਾਕਟਰ ਸਾਹਿਬ ਆ ਉਹਨਾਂ ਨਾਲ ਸੰਪਰਕ ਕਰਨ ਉਹ ਅੱਗੇ ਆਪਣੇ ਸਪਲਾਇਰ ਨਾਲ ਕਰਨ ਸਪਲਾਇਰ ਸਾਨੂੰ ਗਾਂ ਰਾਬਤਾ ਕਰਨ ਠੀਕ ਹੈ ਤੇ ਅਸੀਂ ਜਿਹੜਾ ਇਹਦਾ ਬਿਲਕੁਲ ਜੈਨੂਇਨ ਰੇਟ ਦੇ ਵਿੱਚ ਜਿਹੜਾ ਇਹਦਾ ਸੀਮਣ ਉਪਲਬਧ ਕਰਾਉਂਦੇ ਵੀ ਜਿਹੜੀ ਬੂਰੀ ਨੰਬਰ ਬੇਟਾ ਬਾਈ ਜੀ ਇਹਦਾ ਬਾਈ ਜੀ ਇਹਦਾ 5.5 ਲੱਖ ਹੈ ਕਿੰਨਾ 5.5 ਲੱਖ 5.5 ਲੱਖ ਝੋਟਾ 3.5 ਲੱਖ ਲੱਗਾ 5.5 ਲੱਖ ਰੁਪਏ ਮੰਗਦੇ ਸਹੀ 10 ਥਾਰ ਆ ਜਾਂਦੀ ਇਹਨਾਂ ਦੀ 10-15 3.5 ਲੱਖ ਰੁਪਏ ਮੁੱਲ ਲੱਗਣ ਡਿਆ 5.5 ਲੱਖ ਮੰਗਦੇ ਥਾਰ ਗੱਡੀ ਨਹੀਂ ਲੈਣੀ ਝੋਟੇ ਦਾ ਮੁੱਲ ਪੁੱਛਦੇ ਨੇ ਤੈਨੂੰ ਝੋਟੇ ਦਾ ਹੀ ਭਾਜੀ ਇਹਦਾ ਮੂੰਹ ਦਾ ਕਰ ਮੜਾ ਉਹਨਾਂ ਨੂੰ ਦੇਖਾਂ
ਨੰਬਰ ਤੇਰਾ ਕਿੰਨਾ ਨੰਬਰ 90565 76 96 ਤੇ ਰਹਿੰਦਾ ਕਿੱਥੋਂ